ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ? ਠੀਕ ਠਾਕ ਹੋ? ਸੋ ਗਰਮੀ ਬਹੁਤ ਹੈ ਯਾਰ, ਬਚ ਕੇ ਰਿਹੋ ਸਾਰੇ ਜਾਣੇ। ਇੱਕ ਤਾਂ ਮੈਂ ਤੁਹਾਡੇ ਸਭ ਤੋਂ ਔਰ ਖਾਸ ਕਰਕੇ ਪੰਜਾਬ ਦੇ ਕਿਸਾਨ ਭਰਾਵਾਂ ਤੋਂ ਅਤੇ ਸਾਡੇ ਸ਼ਹਿਰੀ ਭਰਾਵਾਂ ਤੋਂ, ਦੁਕਾਨਦਾਰਾਂ ਤੋਂ ਮਾਫ਼ੀ ਮੰਗਦਾ ਕਿ ਬਿਜਲੀ ਸੰਕਟ ਜ਼ਿਆਦਾ ਵਧਿਆ ਪਿਆ ਹੈ ਔਰ ਇਸ ਲਈ ਮੈਂ MLA ਹਾਂ। ਹਾਲਾਂਕਿ ਮੈਂ ਸਰਕਾਰ ਦੇ ਵਿੱਚ ਕੋਈ ਮੰਤਰੀ ਤਾਂ ਨਹੀਂ ਹਾਂ, ਲੇਕਿਨ ਮੈਂ ਵੀ MLA ਹਾਂ ਔਰ ਕਾਂਗਰਸ ਪਾਰਟੀ ਦਾ MLA ਹੋਣ ਕਰਕੇ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ ਇਸ ਗੱਲ ਦੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਪਰਸੋਂ ਵੀ ਦੱਸਿਆ ਸੀ ਟੈਕਨੀਕਲ ਫਾਲਟ ਹੋਣ ਕਰਕੇ ਥਰਮਲ ਪਲਾਂਟਸ ਦੇ ਵਿੱਚ ਰੋਪੜ ਐਂਡ ਤਲਵੰਡੀ ਬਿਜਲੀ ਦੀ ਘਾਟ ਪੈਦਾ ਹੋਊਗੀ ਔਰ ਇਸ ਗੱਲ ਦੀ ਮੈਂ ਤੁਹਾਡੇ ਤੋਂ ਮਾਫ਼ੀ ਮੰਗਦਾ। ਸਾਨੂੰ ਉਹਦੇ ਪੁਖਤਾ ਇੰਤਜ਼ਾਮਤ ਕਰਨੇ ਚਾਹੀਦੇ ਸੀ, ਕਿਉਂਕਿ ਹਰ ਸਾਲ ਬਿਜਲੀ ਦੀ ਡਿਮਾਂਡ ਵੱਧਦੀ ਹੈ। ਸੋ ਸਾਡੇ ਇਹ ਸਾਡਾ ਧਿਆਨ ਹੋਣਾ ਚਾਹੀਦਾ ਸੀ ਵੀ ਕਦੇ ਇਸ ਤਰ੍ਹਾਂ ਵੀ ਹੋ ਸਕਦਾ ਕਿ ਕਿਸੇ ਥਰਮਲ ਪਲਾਂਟ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋ ਸਕਦੀ। ਸੋ ਅੱਜ ਮੈਂ ਇਹ ਮਹਿਸੂਸ ਕਰ ਰਿਹਾ ਕਿ ਸਾਨੂੰ ਵਧੇਰੇ ਪ੍ਰਬੰਧ ਕਰਕੇ ਰੱਖਣੇ ਚਾਹੀਦੇ ਸੀ, ਜਿਵੇਂ ਕਿ ਬਠਿੰਡਾ ਥਰਮਲ ਪਲਾਂਟ ਸਾਡਾ 400 MW ਬਣਾਉਂਦਾ ਸੀਗਾ। ਮੈਨੂੰ ਲੱਗਦਾ ਕਿ ਕਿਤੇ ਉਹ ਵੀ ਚੱਲਦਾ ਰਹਿੰਦਾ ਤਾਂ ਅੱਜ ਬੁਰੇ ਸਮੇਂ ਦੇ ਵਿੱਚ ਸਾਨੂੰ ਬਠਿੰਡਾ ਥਰਮਲ ਪਲਾਂਟ ਦਾ ਕਾਫ਼ੀ ਲਾਭ ਹੋਣਾ ਸੀ ਔਰ ਉਮੀਦ ਕਰਦਾ ਕਿ ਜਲਦੀ ਸਰਕਾਰ, ਕਿਉਂਕਿ ਡੇਲੀ 25 ਕਰੋੜ ਰੁਪਏ ਦੀ ਬਿਜਲੀ ਖਰੀਦੀ ਜਾ ਰਹੀ ਹੈ, ਅਸੀਂ ਕਿਸਾਨਾਂ ਦੀ ਭਰਮਾਈ ਕਰ ਸਕਾਂਗੇ ਔਰ ਮੈਂ ਬੇਨਤੀ ਵੀ ਕਰੂੰਗਾ ਸਰਕਾਰ ਨੂੰ ਕਿ ਕੁਝ ਨਾ ਕੁਝ ਮੁਆਵਜ਼ੇ ਦੇ ਤੌਰ 'ਤੇ ਵੀ ਸਰਕਾਰ ਕਿਸਾਨਾਂ ਬਾਰੇ, ਵਪਾਰੀਆਂ ਬਾਰੇ ਜਾਂ ਫੈਕਟਰੀ ਵਾਲਿਆਂ ਬਾਰੇ ਜ਼ਰੂਰ ਵਿਚਾਰ ਕਰੇ ਔਰ ਦੁਬਾਰਾ ਫਿਰ ਤੁਹਾਡੇ ਸਾਰਿਆਂ ਤੋਂ ਇਸ ਗੱਲ ਦੀ ਮਾਫ਼ੀ। ਲੇਕਿਨ ਮੇਰੇ ਹੱਥ ਵਸ ਦੀ ਕੋਈ ਗੱਲ ਨਹੀਂ ਔਰ ਤੁਸੀਂ ਥੋੜ੍ਹਾ ਸੰਜਮ ਰੱਖੋ। ਕਈ ਵਾਰੀ ਘਰਾਂ ਦੇ ਵਿੱਚ ਵੀ ਕੋਈ ਗੜਬੜ, ਤਕਨੀਕੀ ਖਰਾਬੀ ਆ ਜਾਂਦੀ ਹੈ, ਦੋ ਦੋ ਦਿਨ ਸਾਨੂੰ ਸਫ਼ਰ ਕਰਨਾ ਪੈਂਦਾ। ਸੋ ਉਮੀਦ ਕਰਦਾ ਕਿ ਤੁਸੀਂ ਕਿਤੇ ਨਾ ਕਿਤੇ ਬਹੁਤ ਸਮਝਦਾਰ ਹੋ, ਤੁਸੀਂ ਜ਼ਰੂਰ ਇਸ ਗੱਲ 'ਤੇ ਗੌਰ ਕਰੋ ਔਰ ਅਸੀਂ ਜਲਦੀ ਹੀ ਇਸ ਸੰਕਟ 'ਚੋਂ ਬਾਹਰ ਆਵਾਂਗੇ। ਨਾਲ ਹੀ ਨਾਲ ਯਾਰ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਸੀ ਕਿ ਨਾਲ ਹੀ ਨਾਲ ਮੈਂ ਇਹ ਵੀ ਗੱਲ ਕਰਨੀ ਚਾਹੁੰਦਾ ਸੀ ਅੱਜ ਕੱਲ੍ਹ ਬਾਦਲ ਪਰਿਵਾਰ ਲਾਈਵ ਬਹੁਤ ਹੋ ਰਿਹਾ। ਕੱਲ੍ਹ ਮੈਂ ਹਰਸਿਮਰਤ ਜੀ ਦਾ ਅੱਜ ਲਾਈਵ ਸੁਣਿਆ ਸੀ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਵੀ ਮੈਂ ਪਰਸੋਂ ਲਾਈਵ ਸੁਣਿਆ, ਕਿਉਂਕਿ ਉਹਨਾਂ ਨੇ ਕੋਈ ਰੇਤ ਦੀ ਖੱਡ 'ਤੇ ਬਿਆਸ ਗੇੜਾ ਮਾਰ ਕੇ ਅਤੇ ਕਿਹਾ ਸੀ ਵੀ ਇਹ ਰੇਤੇ ਦੀ ਖੱਡ ਹੈ ਜਿਹੜੀ ਨਜਾਇਜ਼ ਚੱਲ ਰਹੀ ਹੈ। ਉੱਥੋਂ ਲੋਕ ਭੱਜ ਵੀ ਗਏ ਸੀ, ਕਿਉਂਕਿ ਸੁਖਬੀਰ ਬਾਦਲ ਨੂੰ ਆਉਂਦਿਆਂ ਵੇਖ ਕੇ ਪੁਲਿਸ ਦਾ ਕਾਫਲਾ। ਲੇਕਿਨ ਪਤਾ ਚੱਲਿਆ ਬਾਅਦ ਦੇ ਵਿੱਚ ਕਿ ਸਰਕਾਰ ਦੀ ਖੱਡ ਉਹ ਮਨਜ਼ੂਰ ਸ਼ੁਦਾ ਸੀ। ਬਾਕੀ ਮੈਂ ਇਹਦੇ ਵਿੱਚ ਜਾਣਾ ਨਹੀਂ ਚਾਹੁੰਦਾ, ਲੇਕਿਨ ਰੇਤ ਬਹੁਤ ਮਹਿੰਗਾ ਹੈ, ਰੇਤ ਬਹੁਤ ਮਹਿੰਗਾ ਔਰ ਮੈਂ ਵਿਧਾਨ ਸਭਾ 'ਚ ਇਹ ਗੱਲ ਚੱਕੀ ਸੀ, ਇਹ ਰਿਕਾਰਡ 'ਤੇ ਹੈ ਕਿ ਰੇਤਾ ਫਰੀ ਕਰ ਦੇਣਾ ਚਾਹੀਦਾ, ਰੇਤ ਫਰੀ ਹੋ ਜਾਣਾ ਚਾਹੀਦਾ ਔਰ ਮੈਂ ਅੱਜ ਵੀ ਇਹ ਮੰਗ ਮੰਗਦਾ ਸਰਕਾਰ ਤੋਂ, ਮੁਕੰਮਲ ਤੌਰ 'ਤੇ ਰੇਤ ਫਰੀ ਹੋਣਾ ਚਾਹੀਦਾ। ਲੋਕ ਮਰਜ਼ੀ ਆਪਦੀ ਟਰਾਲੀ ਉੱਥੋਂ ਭਰ ਕੇ ਲਿਆਉਣ, ਜਿਵੇਂ ਪਹਿਲਾਂ ਹੁੰਦਾ ਸੀ 2005 'ਚ, 2002 'ਚ ਮੈਂ ਆਪਦਾ ਘਰ ਬਣਾਇਆ ਉਦੋਂ ਰੇਤ ਫਰੀ ਹੁੰਦਾ ਸੀ। ਸੋ ਮੈਂ ਇਹ ਤਜਵੀਜ਼ ਸਰਕਾਰ ਨੂੰ ਵਿਧਾਨ ਸਭਾ 'ਚ ਰੱਖੀ ਸੀ ਔਰ ਇਹਦੇ 'ਚ ਮੈਂ 15 ਮਿੰਟ ਭਾਸ਼ਣ ਦਿੱਤਾ ਸੀ ਇਸ ਉੱਤੇ ਕਿ ਰੇਤ ਮੁਕੰਮਲ ਫਰੀ ਹੋਣਾ ਚਾਹੀਦਾ, ਲੋਕ ਜਾਣ ਪੀਪਿਆਂ ਨਾਲ ਆਪਦਾ ਭਰ ਕੇ ਲਿਆਉਣ, ਮਸ਼ੀਨ ਉੱਥੇ ਲੱਗ ਨਾ ਪਾਵੇ, ਹੱਥਾਂ ਨਾਲ ਭਰਾਈ ਹੋਵੇ, ਰੋਜ਼ਗਾਰ ਵੀ ਮਿਲੇਗਾ ਅਤੇ ਰੇਤ ਵੀ ਫਰੀ ਹੋਣਾ। ਲੇਕਿਨ ਸੁਖਬੀਰ ਬਾਦਲ ਜੀ ਨੇ ਜਦੋਂ ਜਾ ਕੇ ਉੱਥੇ ਖੱਡ 'ਤੇ ਗੇੜਾ ਮਾਰਿਆ ਅਤੇ ਖੜ ਕੇ ਲਾਈਵ ਕੀਤਾ, ਮੈਨੂੰ ਬੜਾ ਹਾਸਾ ਆਇਆ ਯਾਰ, ਬੜਾ ਹਾਸਾ ਆਇਆ, ਕਿਉਂਕਿ ਰੇਤ ਦਾ ਜੇ ਮੁਕੰਮਲ ਕੋਈ ਸਰਗਣਾ ਹੈ, ਸਰਗਣਾ ਜਿਹਨੂੰ ਕਹੀਏ ਕਿ ਜਿਹਨੇ
होंद च लिया रेत रेत बारे कोई जाणू नहीं हुंदा सी। जो पहलिया सरकार बनिया एवें मैं कह सरदार प्रकाश सिंह बादल पहला भी मुख्यमंत्री बनते रहे पर उन्होंने इन्नी जानकारी नहीं सी। ये रेत की खोज सुखबीर सिंह बादल ने की और सुखबीर सिंह बादल दे नाल चार लोग आम तौर पर कार विच हुंदे ने। एक दा नाम है टोजी, मैं जे सही ना लवांगा तो फिर वो रौला पाउणगे रौला पाउणगे। एक दा नाम टोजी, एक दा नाम शंटी, एक दा नाम चोनी। पर ये लोग इन्हां लोगां ने रेत मुकम्मल तौर पर शुरू किया और मैं पहला भी कहता सी सुबह 5 बजे 5 करोड़ रुपया कोठी च चला जाता सी हर रोज़ का, हर रोज़ की कलैक्शन करते सी पठानकोट तो लैके जलालाबाद तो फाजिलका तक, लुधियाना तो लैके मोहाली तो रोपड़ तक। और सुखबीर सिंह बादल साहब ने जेडे महल उसारे जिन्हानी अज चाहे सुख विलायत फलां वो रेत की कमाई नाल उसारे गए, काफ़ी वड्डी उहदे च रेत का हिस्सा सीगा मेरे सत्कारयोग भराओ। सो मैं कहना कि इनू होंद च ही सुखबीर सिंह बादल लैके आया, फिर वो आँदी सरकारां नूं मैं नहीं कहना कि हुण रेत माफिया नहीं है, हुण भी हैगा, हुण भी रेत की इदा पटाई हुंदी है, लेकिन इनू सिखाया होंद च लैके आया। इहदी किताब छापी रेत बारे वो सुखबीर सिंह बादल ने छापी, ये सरदार प्रकाश सिंह बादल नूं भी नहीं पता सीगा, मैं थोनू ये कह रहा। सो ये जो 10 साल सरकार रही वो धज्जियां उड़ाइया। तो नाले मैं सरदार सुखबीर सिंह बादल साहब तुहानू ये पूछना चाहना है भाई जी कि यार 40 किलोमीटर ते माइनिंग हो ही जाती है, उत्थे तां भाई थोनू टाइम नहीं मिलिया जान दा, ना लाइव होण दा, ना टाइम मिलिया ना जान दा टाइम मिलिया। तो लेकिन ब्यास जाके लाइव होए वो तो बेचारा कोई बंदा पिट पिट के मर गया भी भाई इत्थे माइनिंग होई जांदी इत्थे भी आ, नहीं आया क्यों? रिश्तां दियां डोरियां च बन्निया गया मेरा भरावा, ये पता है लोगों को पता है। सो हरसिमरत कौर बादल जी अज लाइव होए, सो मैं तो आख्या कि इन्होंने लाइव होना ही छड़ता जां लोकां च आना ही छड़ता। उन्होंने अज एक खेत च खड़े होके झोने का खेत विखा रहे सी जिहदे च पानी नहीं लग्या सी, पानी। बीबा जी नूं मैं दस देना चाहुंदा, बीबा जी वो अजकल जिहड़ी बिजाई है क्योंकि तुसीं तां देखी नहीं, तुहानूं तां लै जांदे लोग भी खेत च खड़े, अजकल मशीनी बिजाई हुंदी है मशीन दे नाल। सो जिहड़ी मशीन नाल बिजाई हुंदी है उस खेत दे विच पानी दी इन्नी लोड़ भी नहीं हुंदी ते उहनूं सुकाउणा पैंदा, पानी उवें नहीं भरना पैंदा जिवें आम झोना लाए नूं भरना पैंदा। सो गरीब का किसान का खेत तो तुसी दिखाता और मैं तुहाडे नाल भी सहमत हो सकता और खाली होवे बेचारे का खेत, लेकिन तुसी आपदे हजारां एकड़ जरा दिखा देंदे जिथे स्पैशल मोगे लगे, जिथे स्पैशल पानी आउंदा है, जिथे बागां दी वारी भी वक्खरी है ते खेतां दी वारी भी वक्खरी है, जिथे पाइपलाइन का पानी भी आउंदा ते मोगियां का पानी भी आउंदा। वो जिहड़े थोड़े हरियावल खेत तुसी आपदा खेत विखाउंदे कि मेरा खेत सुक्या पिया है, गरीब का तो पहला भी सुक्या सी अज भी सुक्या है, उहदे च तां दिक्कत होनी है, पर थोड़े की हजारा एकड़ च किसे च पानी की दिक्कत आई जां बिजली की कोई दिक्कत आई? जरा दिखा देना सी तुहाडे बाग। सो बीबा जी तुहानू नाल ये भी पता होना है तुहाडे बादल पिंड सुखबीर सिंह बादल ते बादल साहब तुहाडे बादल पिंड शराब बन वाली फैक्ट्री दे सारा कुछ समान फड़िया गया, सारा कुछ फड़िया गया, टीवी ने विखाता, कहिंदे आ कि 18 ट्रक पहला भर के इधर उधर हो गए लेकिन 2 ट्रक ही उत्थे होए, पता नहीं की होया। लेकिन तुसी कोई बादल नहीं बोलिया, तुहानू दोहां नू कोई लाइव होना ही नहीं आया, कोई बंदा तो बोलता क्योंकि तुसी उस पिंड च कोई धंधा हो रहा है और इत्थे थोड़ी जिम्मेदारी बनती है कि थानू पता सी जा नहीं पता सी, जा तुसी कार्रवाई की मंग मंगते। मैं नहीं कह रहा भी तुसी करा रहे सी, मैं ये भी नहीं कहता चलो नहीं थोनू ये लगेगा तुसी करा रहे सी,
ये कहता फिर थोनू मिर्चा बड़िया लगनिया, थोड़े परिवार के कुछ आगू करा रहे थे, ये कहता थोनू बड़िया मिर्चा लगनिया क्योंकि तुम सारे एक हो। जिथे कोड़मे की गल आ जाती है तुम सारे कहने कि ना आम बंदे नू मसल दियो, आता साढ़े कोड़मे की गल आ गई, इत्थे भावें जो मर्जी कर ले उन्हूं तां असीं छड़ावांगे, लेकिन एक बोतल आले ते परचा हो जूगा विचारे ते, दो बोतल आले ते जां डब्बे आले ते। सो उस ते लाइव जरूर होंदे तां मैं कहिंदा कि तुहानूं दर्द है, वाकई तुहानूं दर्द है। सो अज आके झोने बारे किसानी बारे ना दसो, किसान ਨੂੰ ਤੁਸੀਂ ਉਦੋਂ ਹੀ ਮਾਰਿਆ ਸੀ ਜਦੋਂ ਕਿਸਾਨ ਦੀ ਮੌਤ 'ਤੇ ਵਰੰਟ 'ਤੇ ਦਸਖਤ ਕਰਿਆ ਸੀ ਹਰਸਿਮਰਤ ਕੌਰ ਬਾਦਲ ਜੀ। ਤੁਸੀਂ ਜਦੋਂ ਇਹਨਾਂ ਬਿੱਲਾਂ 'ਤੇ ਦਸਖਤ ਕੀਤੇ ਸੀ ਨਾ, ਕਿਸਾਨ ਭੁੱਲ ਨਹੀਂ ਸਕਦਾ, ਤੁਸੀਂ ਕੇਂਦਰੀ ਮੰਤਰੀ ਨੂੰ ਲੈ ਕੇ ਆਏ ਪੰਜਾਬ, ਔਰ ਤੁਸੀਂ ਕਿਹਾ ਇਹ ਬਿੱਲ ਸਹੀ ਨੇ, ਔਰ ਤੁਸੀਂ ਆਪ ਕਿਹਾ ਐਨ ਡੀ ਟੀ ਵੀ 'ਤੇ, ਤੁਸੀਂ ਮੰਨੇ ਇਹ ਗੱਲ, ਇਹ ਮੰਨੇ, ਔਰ ਤੁਸੀਂ ਕਿਹਾ कि मैं नहीं कहती कि ये बिल किसान विरोधी हैं, ये तो किसान कहते हैं। और थोड़ी फोटो कल परसों सोशल मीडिया पर आ रही थी, आज तुसी क्या महंगाई बहुत होगी, तेल बहुत बढ़ गया, बिजली दे बिल बड़े, तेल बढ़ गया, पेट्रोल डीजल। तुसी उस सरकार दे भागीदारी रहे हो सत छे सत साल, मोदी सरकार दे तेल कोई अज नहीं बदल लग्या, तेल तो हुणे बदल लग्या। और कल परसों जी थोड़ी फोटो आई सी नरेंद्र मोदी जी दी दे नाल, तुसी पैरी हथ ला रहे सी, सुखबीर सिंह बादल पिछे खड़े देख रहे सी, ते अज उसी नरेंद्र मोदी जी नूं गाला कढ़ रहे हो, ये थोड़ी फितरत है और आदत है। अज उसे दे ही बंगोरी रहनमाई दे ओरी कृपा दे सदका ही तुसी उन्हां दी कोठी च रह रहे हो, जिथे कि थोड़े कोले है नहीं वह कोठी, जिहड़ा बैंगलो तुसी रख्या हुआ है, जिहड़ा एम पी नूं मिलदा है, पर वो एम पी नूं तुसी वो मंत्री कैटागरी का बैंगलो रख्या हुआ है। अगर मोदी जी की कृपा ना हो, जिहड़ा तेल रोजाना वधा रहा है, जिन्हें पंजाब के किसानों सत्त महीनों का टिकरी बॉर्डर से बिठा रखे है, शराब की फैक्ट्री ते बोले ते थानू अज गरीब का झोना याद आ गया, पता नहीं वह किसी गरीब का सी कि तुसी आपका पानी सकाया सी। सो कृपा करके कल नू आप दे खेत चो लाइव होके दस्यो कि साढ़े खेत विच भी पानी सुक्या पिया, तुसी लोगों का पानी सारा लै गए, तुसी कस्सियां वड्डियां करके बादल पिंड आपके खेतों नू लै गए, तुसी मोगे वड्डे करके आपके खेतों नू लै गए, तुसी सब कुछ आदियां सहूलतां से बनाया, बेशक वह सुख विला की सड़क सी जिहदे ते करोड़ा रुपया लाया, तो बेशक पंजाब का पैसा तुसी किदां बर्बाद किया जनता जानती। सो तुहानू बादल आलियां नू चंगी तरह लोग जानते हैं, चंगी तरह लोग जानते हैं, क्योंकि लोग बेशक किसी तो खफा होन, मेरे तो होन ना होन, लेकिन कोई बंदा बादल वालियां नू पसंद नहीं करता, क्योंकि तुसी कोड़मा ते कबीला पालदे हो, तुसी कुरमा परवरी पालदे हो, तुसी परिवारवाद की गल करदे हो, हमेशा हमेशा परिवार की गल कि साडा परिवार तो बिना कोई बंदा जिहड़ा उठेगा उन्हूं ठोक देना है, उन्हूं उठन नहीं देना, कट्ठे हो जाओ। अगर कोई बंदा सानू ललकारेगा साडे परिवार नूं, उन्हूं कट्ठे होके मसल दिओ, पर असी ये चाहवांगे, असी ये चाहवांगे, असी मरना चाहवांगे, असी सरेंडर होने तो पहला असी चाहवांगे कि असी लड़दे लड़दे शहीद हो गए, लेकिन सरेंडर नहीं होवांगे थोड़े कोल। सो मेरी बेनती है थानू कृपा करके तुसी जायज़ मुद्दों पर लाइव करो, जिन्हों के सरगने तुसी उन्होंने लाइव होंगे तुसी चंगे नहीं लगते। और सरदार सुखबीर सिंह बादल साहब दुनिया रेंदी दुनिया तक याद रखेगी कि रेत दे कारोबार दा मोढ़ी, बसां दे कारोबार दा मोढ़ी, केबल माफिया दे कारोबार दा मोढ़ी, किद्दां केबल नैटवर्क
ਕੀਤਾ, ਕਿੱਦਾਂ ਰਿਲਾਇੰਸ ਵਾਲਿਆਂ ਨੂੰ ਧੱਕੇ ਨਾਲ ਪੰਜਾਬ ਦੇ ਅੰਦਰ ਫਾਸਟ ਵੇ ਦੀ ਤਾਰ ਪਵਾਈ, ਕਿੱਦਾਂ ਵੱਡੇ ਵੱਡੇ ਮਹਿਲ ਉਸਾਰੇ, ਇਹ ਦੁਨੀਆ ਤੁਹਾਡਾ ਭੁੱਲ ਨਹੀਂ ਸਕਦੀ। ਸੋ ਤੁਸੀਂ ਆਮ ਸਧਾਰਨ ਕਿਸਾਨ ਬਣਨ ਦੀ ਕੋਸ਼ਿਸ਼ ਨਾ ਕਰੋ, ਤੁਹਾਡੇ 'ਤੇ ਕੋਈ ਇਤਬਾਰ ਨਹੀਂ ਕਰਾਂ। ਹਾਂ, ਕੋਈ ਚੰਗਾ ਬੰਦਾ ਜਾ ਕੇ ਮਾਈਨਿੰਗ ਦੀ ਖੱਡ 'ਤੇ ਲਾਈਵ ਕਰਦਾ, ਉਹਦਾ ਅਸਰ ਹੋਣਾ ਸੀ, ਲੇਕਿਨ ਜਿਨ੍ਹਾਂ ਨੇ ਮਾਈਨਿੰਗ ਸ਼ੁਰੂ ਕਰਾਈ ਉਹੀ ਮਾਈਨਿੰਗ ਬਾਰੇ ਦੱਸਣਗੇ ਤਾਂ ਲੋਕ ਖੁਸ਼ ਨਹੀਂ ਹੋਣਗੇ। ਸੋ ਦੁਬਾਰਾ ਫਿਰ ਦੋਸਤੋ ਮਾਫ਼ੀ ਚਾਹੁੰਦਾ, ਉੱਚੀ ਬੋਲਣਾ ਪਿਆ, ਮੇਰਾ ਫੋਨ ਦਾ ਸਪੀਕਰ ਥੋੜ੍ਹਾ ਖਰਾਬ ਹੈ, ਕਿਸੇ ਨੇ ਕਿਹਾ ਸੀ ਆਵਾਜ਼ ਨਹੀਂ ਆ ਰਹੀ, ਸੋ ਇਸ ਕਰਕੇ ਮੈਂ ਥੋੜ੍ਹਾ ਉੱਚੀ ਬੋਲਿਆ, ਮਾਫ਼ੀ ਚਾਹੁੰਦਾ। ਸੋ ਮਾਫ਼ੀ ਚਾਹੁੰਦਾ, ਮੇਰਾ ਕਿਸੇ ਨੂੰ ਪੀੜ ਹੋਈ ਹੋਵੇ, ਕਿਸੇ ਨੂੰ ਦਰਦ ਹੋਇਆ ਹੋਵੇ ਮੇਰੀ ਗੱਲ ਦਾ, ਲੇਕਿਨ ਬਿਜਲੀ ਵਾਲੇ ਮੁੱਦੇ 'ਤੇ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫ਼ੀ ਮੰਗਦਾ, ਔਰ ਜਲਦੀ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਸੰਕਟ ਦੂਰ ਹੋ ਜਾਏਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਲੜਦੇ ਰਹਾਂਗੇ, ਮਰਦੇ ਰਹਾਂਗੇ, ਜਿੰਨਾ ਚਿਕਰ ਸਰੀਰ 'ਚ ਜਾਣ ਹੈ ਇਵੇਂ ਲੜਾਂਗੇ। ਸੋ ਜੋ ਕਹਿੰਦੇ ਸਿਆਣੇ ਕਹਿੰਦੇ ਦੋ ਕਦਮ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ, ਉਹ ਯਾਰ ਐਵੇਂ 5-7 ਵਾਰੀ ਜਾਂ ਇੱਧਰ ਉੱਧਰ ਹੋਰ ਕੰਮ ਕਰਨ ਵਾਲੋ ਭਾਵੇਂ ਇੱਕ ਵਾਰੀ ਕਰ ਲਓ। ਸੋ ਕਰ ਲਓ ਚੰਗੀ ਤਰ੍ਹਾਂ। ਆ ਪ੍ਰੀਤਮ ਸਿੰਘ ਹੈ ਵਿਚਾਰਾ, ਜਿਉਂਦਾ ਰਹੇ, ਇਹਨੇ ਲਿਖਿਆ ਕਿ ਗੰਦੀ ਨਾਲੀ ਦੇ ਕੀੜੇ, ਕਿਉਂਕਿ ਕਈ ਲੋਕਾਂ ਨੂੰ ਲਿਖਣਾ ਵੀ ਨਹੀਂ ਆਉਂਦਾ, ਕਈ ਲੋਕਾਂ ਨੂੰ ਮੇਰੇ ਭਰਾਵਾਂ ਨੂੰ, ਕਿਉਂਕਿ ਮਾਂ ਪਿਓ ਬਹੁਤ ਕੁਛ ਸਿਖਾਉਂਦਾ ਹੈ, ਮਾਂ ਪਿਓ ਬਹੁਤ ਸਿਖਾਉਂਦਾ, ਉਹ ਕਹਿੰਦਾ ਚੰਗਾ ਲਿਖੋ, ਚੰਗਾ ਬੋਲੋ। ਸੋ ਵਿਰੋਧ ਕਰਨ ਦੇ ਬੜੇ ਤਰੀਕੇ ਹੁੰਦੇ ਹੈ, ਸੋ ਸਵਾਲ ਹੁੰਦੇ ਹੈ। ਕਈ ਲੋਕਾਂ ਨੇ, ਬਹੁਤ ਲੋਕ ਚੰਗਾ ਲਿਖਦੇ ਆ ਵਿਚਾਰੇ ਨੇ, ਗ੍ਰੇਟ ਜੋਬ ਫਲਾਂ, ਰਾਜਵਿੰਦਰ, ਕੇਵਲ ਬੁੱਟਰ, ਗੁਰਲਾਭ ਸਿੰਘ ਦੋਦਾ, ਕਾਕਾ ਸੰਧੂ, ਬਹੁਤਾਂ ਨੇ ਚੰਗਾ ਲਿਖ ਰਹੇ ਆ ਵਿਚਾਰੇ, ਪਰ ਇੱਕ ਬੰਦਾ ਆਪਦੀ ਜਿਹਦੀ ਜ਼ੁਬਾਨ ਗੰਦੀ ਹੁੰਦੀ ਹੈ, ਕਿਉਂਕਿ ਉਹਨੇ ਸਿੱਖਿਆ ਹੀ ਨਹੀਂ ਕਿਸੇ ਨੂੰ ਚੰਗਾ ਲਿਖਣਾ। ਸੋ ਲਿਖਣ 'ਚ ਤਾਂ ਕੁਛ ਵੀ ਕੋਈ ਵੀ ਕਿਸੇ ਨੂੰ ਕਹਿ ਸਕਦਾ। ਸੋ ਮੇਰੀ ਬੇਨਤੀ ਹੈ ਕਿ ਚੰਗਾ ਲਿਖਿਆ ਕਰੋ, ਔਰ ਚੰਗੇ ਵਿਰੋਧੀ ਸੱਜਣ ਬਣੋ, ਨਾ ਕਿ ਮਾੜੇ ਵਿਰੋਧੀ ਸੱਜਣ। ਹਾਂ, ਸਾਡੇ 'ਚ ਕੁਝ ਕਮੀਆਂ, ਉਹਦੇ ਬਾਰੇ ਸਾਨੂੰ ਸਵਾਲ ਜ਼ਰੂਰ ਕਰ ਸਕਦੇ ਹੋ, ਅਤੇ ਅਸੀਂ ਉਹਨਾਂ ਦਾ ਜ਼ਰੂਰ ਤੁਹਾਨੂੰ ਜਵਾਬ ਦਿਆ ਕਰਾਂਗੇ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ, ਜੈ ਹਿੰਦ, ਸਤਿ ਸ਼੍ਰੀ ਅਕਾਲ, ਜਿਉਂਦੇ ਰਹੋ, ਅਤੇ ਗੁੱਡ ਨਾਈਟ ਐਵਰੀਬਾਡੀ, ਐਂਡ ਮੈਨੂੰ ਆਸ਼ੀਰਵਾਦ ਦਿੰਦੇ ਰਹੋ ਜੋ, ਅਤੇ ਮੈਂ ਲੜਦਾ ਰਹੂੰਗਾ, ਜਿਉਂਦੇ ਰਹੋ, ਥੈਂਕ ਯੂ।